ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਬਾਲੂ ਸ਼ਾਹੀ ਬਣਾਉਣ ਲੱਗੇ ਹਾਂ। ਬਾਲੂ ਸ਼ਾਹੀ ਬਣਾਉਣੇ ਆ, ਪਹਿਲਾਂ ਆਪਾਂ ਚਾਸਣੀ ਧਰਾਂਗੇ। ਇੰਨੀ ਖੰਡ ਪਾਵਾਂਗੇ ਅੱਧੀ ਕੌਲੀ। ਇੰਨਾ ਕੁ ਪਾਣੀ ਕਰਾ ਪਾਉਣੇ ਆ। ਥੋੜ੍ਹਾ ਜਿਹਾ ਹੋਰ ਪਾ ਦਿੰਦੇ ਚਾਸਣੀ ਰਿੱਝਣ ਲੱਗ ਗਈ। ਹੁਣ ਆਪਾਂ ਦੋ ਵਿੱਚ ਇਲਾਇਚੀਆਂ ਪਾਵਾਂਗੇ। ਤੋੜ ਕੇ ਪਾਉਣੇ ਆ ਦੋ ਇਲਾਇਚੀਆਂ, ਪੱਤੇ ਵੀ ਵਿੱਚੇ ਸੁੱਟਾਂਗੇ। ਥੋੜ੍ਹਾ ਜਿਹਾ ਚਾਸਣੀ 'ਚ ਰੰਗ ਪਾਵਾਂਗੇ। ਥੋੜ੍ਹਾ ਹੀ ਪਾਉਣਾ, ਜ਼ਿਆਦਾ ਨਹੀਂ ਪਾਉਣਾ। ਚਾਸਣੀ ਬਣ ਗਈ ਹੈ, ਚਾਸਣੀ ਤਿਆਰ ਹੈ। ਹੁਣ ਆਪਾਂ ਲਾਉਣ ਲੱਗੇ ਹਾਂ। ਫਿਰ ਗੈਸ ਬੰਦ ਕਰਦੇ ਹਾਂ। ਹੁਣ ਆਪਾਂ ਆਟਾ ਗੁੰਨਾਂਗੇ। ਪਾਉਣੀ 'ਚ ਕੌਲੀ ਮੈਦਾ ਹੈ। ਇੰਨਾ ਕੁ ਆਪਾਂ ਬੇਕਿੰਗ ਪਾਊਡਰ ਪਾਵਾਂਗੇ। ਥੋੜ੍ਹਾ ਜਿਹਾ ਰਿਫਾਇੰਡ ਪਾਵਾਂਗੇ ਵਿੱਚ।
ਹੁਣ ਆਟਾ ਗੁੰਨਿਆ ਗਿਆ ਸਵਾਰ ਕੇ, ਹੁਣ 2 ਮਿੰਟ ਰੱਖਾਂਗੇ ਇਹਨੂੰ ਢੱਕ ਕੇ। ਹੁਣ 2 ਮਿੰਟ ਹੋ ਗਏ ਪਏ ਇਹਨੂੰ, ਹੁਣ ਆਪਾਂ ਇਹਨੂੰ ਬਣਾਵਾਂਗੇ ਆਲੂ ਸ਼ਾਹੀ ਬਣਾਵਾਂਗੇ। ਹੁਣ ਆਪਾਂ ਇਹਨੂੰ ਐਂ ਪੋਲਾ ਪੋਲਾ ਜਿਹਾ ਕਰਾਂਗੇ। ਆਪਾਂ ਇਸ ਤਰ੍ਹਾਂ ਮੋਰੀਆਂ ਕਰੀ ਜਾਵਾਂਗੇ ਜਿਵੇਂ ਇਸ 'ਤੇ ਕੀਤੀ ਹੈ, ਸਾਰਿਆਂ ਦੇ ਐਂ ਮੋਰੀਆਂ ਕਰਾਂਗੇ। ਹੁਣ ਸਾਰੀਆਂ ਬਣ ਗਈਆਂ ਇਹ, ਹੁਣ ਆਪਾਂ ਬਣਾਉਣ ਲੱਗਾਂਗੇ। ਪਹਿਲਾਂ ਪਰਫੈਂਡ ਧਰਦੇ ਹਾਂ, ਜ਼ਿਆਦਾ ਭਰੀ ਸੀ ਬੋਤਲ ਲੱਗਿਆ ਕੁਛ। ਜਦੋਂ ਰਿਫਾਇੰਡ ਗਰਮ ਹੋ ਗਿਆ ਉਦੋਂ ਆਪਾਂ ਵਿੱਚ ਪਾਵਾਂਗੇ ਬਾਲੂ ਸ਼ਾਹੀਆਂ ਪਾਵਾਂਗੇ। ਗਰਮ ਹੋ ਗਿਆ ਰਿਫਾਇੰਡ, ਹੁਣ ਆਪਾਂ ਵਿੱਚ ਤਲੇ ਪਾਵਾਂਗੇ। ਆਪਾਂ ਸਾਰੇ ਪੀਸ ਪਾ ਦਿਆਂਗੇ, 6 ਪੀਸ ਹੈਗੇ, ਹਜੇ ਹਿਲਾਵਾਂਗੇ ਨਾ, ਜਦੋਂ ਮਾੜੇ ਜੇ ਬਾਹਰ ਰੜ ਗਏ ਉਦੋਂ ਹਿਲਾਵਾਂਗੇ ਆਪਾਂ। ਘੱਟ ਘੱਟ ਸੇਕ 'ਤੇ ਰੱਖਾਂਗੇ, ਜ਼ਿਆਦਾ ਸੇਕ ਨਹੀਂ ਕਰਦੇ।
ਕਲਰ ਬਦਲਿਆ, ਹੁਣ ਆਪਾਂ ਬਸ ਮਿੰਟ ਨੂੰ ਕੱਢਾਂਗੇ ਬਾਹਰ। ਬਰਾਂਡ ਹੋ ਗਈਆਂ, ਹੁਣ ਆਪਾਂ ਇਹਨਾਂ ਨੂੰ ਕੱਢਾਂਗੇ, ਗੈਸ ਬੰਦ ਕਰ ਦਿਆਂਗੇ ਥੱਲਿਓਂ, ਕਿ ਆਪਾਂ ਹੁਣ ਹੋਰ ਨਹੀਂ ਪਾਉਣੀਆਂ ਵਿੱਚ, 6 ਪੀਸ ਹੀ ਸੀਗੇ, ਇਹਨਾਂ ਨੂੰ ਬੰਦ ਕਰ ਦਿਆਂਗੇ ਗੈਸ ਨੂੰ। ਗੈਸ ਬੰਦ ਕਰਨ ਲੱਗੇ ਹਾਂ, ਬਸ ਹੁਣ ਆਪਾਂ ਇਹਨਾਂ ਨੂੰ ਕੱਢਣ ਲੱਗੇ ਹਾਂ। ਹੁਣ ਆਪਾਂ ਚਾਸਣੀ 'ਚ ਪਾਉਣ ਲੱਗੇ ਹਾਂ, ਬਸ ਜਦੋਂ ਆਪਾਂ ਹੁਣ ਮਿੱਠਾ ਮਿਲ ਗਿਆ ਜਾਂ ਚੰਗੀ ਤਰ੍ਹਾਂ 10 ਕੁ ਮਿੰਟ ਅੰਦਰ ਰੱਖਾਂਗੇ, ਫਿਰ ਇਹਨਾਂ ਨੂੰ ਬਾਹਰ ਕੱਢ ਲਵਾਂਗੇ ਆਪਾਂ। ਥੋੜ੍ਹਾ ਜਿਹਾ ਰੰਗ ਚਾਸਣੀ 'ਚ ਪਾਇਆ ਸੀ ਹਰਾ, ਇਹਨਾਂ ਨੂੰ ਕਿਹੜਾ 2 ਮਿੰਟ ਰੱਖ ਦਿੰਦੇ ਹਾਂ ਢੱਕ ਕੇ। ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢਣ ਲੱਗੇ ਹਾਂ, ਹੁਣ 10 ਮਿੰਟ ਹੋ ਗਏ ਵਿੱਚ ਪਈਆਂ ਨੂੰ, ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢਦੇ ਹਾਂ। ਹਰਾ ਰੰਗ ਪਾਉਣ ਕਰਕੇ ਹੀ ਗੈਸ ਦਾ ਵਧੋ ਰੰਗ ਬਣ ਗਿਆ। ਇਲਾਇਚੀ ਪਾਊਡਰ ਪਾਇਆ ਸੀ, ਇਲਾਇਚੀ ਬਹੁਤ ਵਧੀਆ ਬਣ ਗਈ, ਬਾਲੂ ਸ਼ਾਹੀ ਬਹੁਤ ਵਧੀਆ ਬਣ ਗਈ, ਇਸ ਤਰ੍ਹਾਂ ਬਣ ਗਈ ਹੈ, ਬਹੁਤ ਵਧੀਆ ਬਣ ਗਈ। ਸਾਡੀ ਵੀਡੀਓ ਵਧੀਆ ਲੱਗੀ, ਲਾਇਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ।